ਇਹ ਤਸਵੀਰਾਂ ਉਸ ਘਰ ਦੀਆਂ ਨੇ ਜਿਸ ਘਰ ਦੇ ਵਿੱਚ ਰਹਿੰਦਾ ਪਰਿਵਾਰ ਰਾਤੋਂ ਰਾਤ ਹੀ ਉਜੜ ਗਿਆ। ਸਾਰਾ ਦਾ ਸਾਰਾ ਪਰਿਵਾਰ ਹੀ ਖਤਮ ਹੋ ਗਿਆ। ਦਰਅਸਲ ਇਹ ਪਰਿਵਾਰ ਠੰਡ ਹੋਣ ਕਾਰਨ ਬੰਦ ਕਮਰੇ ਦੇ ਵਿੱਚ ਅੰਗੀਠੀ ਬਾਲ ਕੇ ਸੋ ਗਿਆ ਅਤੇ ਦਮ ਘੁੱਟਣ ਦੇ ਨਾਲ ਪਤੀ ਪਤਨੀ ਸਮੇਤ ਦੋ ਮਾਸੂਮ ਬੱਚਿਆਂ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਰੋਟੀ ਖਾਣ ਤੋਂ ਬਾਅਦ ਇਹ ਪਰਿਵਾਰ ਕਮਰੇ 'ਚ ਅੰਗੀਠੀ ਬਾਲ ਕੇ ਸੋ ਗਿਆ ਅਤੇ ਰਾਤ ਹੀ ਸੁੱਤੇ ਪਿਆਂ ਦਾ ਦਮ ਘੁੱਟਿਆ ਅਤੇ ਸਾਰੇ ਪਰਿਵਾਰ ਦੀ ਹੀ ਮੌਤ ਹੋ ਗਈ। ਇਹ ਮਾਮਲਾ ਪਟਿਆਲਾ ਦੀ ਮਾਰਕਰ ਕਲੋਨੀ ਤੋਂ ਸਾਹਮਣੇ ਆਇਆ ਹੈ। ਅੰਗੀਠੀ ਬਾਲਣ ਦੇ ਕਾਰਨ ਨਵਾਬ ਕੁਮਾਰ, ਉਸਦੀ ਪਤਨੀ, 4 ਸਾਲ ਦੀ ਧੀ ਤੇ 2 ਸਾਲ ਦਾ ਬੇਟਾ, ਇਹਨਾਂ ਸਾਰਿਆਂ ਦੀ ਹੀ ਦਮ ਘੁੱਟਣ ਦੇ ਕਾਰਨ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ, ਮੋਰਚਰੀ ਘਰ 'ਚ ਰਖਵਾਇਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਲੋਕਾਂ ਨੂੰ ਵਾਰ ਵਾਰ ਅਪੀਲ ਕੀਤੀ ਜਾਂਦੀ ਹੈ ਕਿ ਬੰਦ ਕਮਰੇ ਦੇ ਵਿੱਚ ਅੰਗੀਠੀ ਨਾ ਬਾਲੀ ਜਾਏ ਕਿਉਂਕਿ ਇਹ ਜਾਨਲੇਵਾ ਹੁੰਦੀ ਹੈ। ਕਈ ਪਰਿਵਾਰ ਹੁਣ ਤੱਕ ਉਜੜ ਚੁੱਕੇ ਨੇ ਪਰ ਲੋਕ ਅਜੇ ਵੀ ਸਬਕ ਨਹੀਂ ਲੈ ਰਹੇ। ਅਜਿਹਾ ਇਸ ਪਰਿਵਾਰ ਦੇ ਨਾਲ ਵੀ ਵਾਪਰਿਆ ਹੈ ਜੋ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੁੱਤਾ ਸੀ ਪਰ ਸੁੱਤਾ ਹੀ ਰਹਿ ਗਿਆ। ਪੂਰੇ ਪਰਿਵਾਰ ਦੀ ਮੌਤ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ। ਫਿਲਹਾਲ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਉਸ ਘਰ ਦੀਆਂ ਨੇ ਜਿਸ ਘਰ ਦੇ ਵਿੱਚ ਰਹਿੰਦਾ ਪਰਿਵਾਰ ਰਾਤੋਂ ਰਾਤ ਹੀ ਉਜੜ ਗਿਆ। ਸਾਰਾ ਦਾ ਸਾਰਾ ਪਰਿਵਾਰ ਹੀ ਖਤਮ ਹੋ ਗਿਆ। ਦਰਅਸਲ ਇਹ ਪਰਿਵਾਰ ਠੰਡ ਹੋਣ ਕਾਰਨ ਬੰਦ ਕਮਰੇ ਦੇ ਵਿੱਚ ਅੰਗੀਠੀ ਬਾਲ ਕੇ ਸੋ ਗਿਆ ਅਤੇ ਦਮ ਘੁੱਟਣ ਦੇ ਨਾਲ ਪਤੀ ਪਤਨੀ ਸਮੇਤ 2 ਮਾਸੂਮ ਬੱਚਿਆਂ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਰੋਟੀ ਖਾਣ ਤੋਂ ਬਾਅਦ ਇਹ ਪਰਿਵਾਰ ਕਮਰੇ 'ਚ ਅੰਗੀਠੀ ਬਾਲ ਕੇ ਸੋ ਗਿਆ ਅਤੇ ਰਾਤ ਹੀ ਸੁੱਤੇ ਪਿਆਂ ਦਾ ਦਮ ਘੁੱਟਿਆ ਅਤੇ ਸਾਰੇ ਪਰਿਵਾਰ ਦੀ ਹੀ ਮੌਤ ਹੋ ਗਈ। ਇਹ ਮਾਮਲਾ ਪਟਿਆਲਾ ਦੀ ਮਾਰਕਰ ਕਲੋਨੀ ਤੋਂ ਸਾਹਮਣੇ ਆਇਆ ਹੈ। ਅੰਗੀਠੀ ਬਾਲਣ ਦੇ ਕਾਰਨ ਨਵਾਬ ਕੁਮਾਰ, ਉਸਦੀ ਪਤਨੀ, 4 ਸਾਲ ਦੀ ਧੀ ਤੇ 2 ਸਾਲ ਦਾ ਬੇਟਾ, ਇਹਨਾਂ ਸਾਰਿਆਂ ਦੀ ਹੀ ਦਮ ਘੁੱਟਣ ਦੇ ਕਾਰਨ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ, ਮੋਰਚਰੀ ਘਰ 'ਚ ਰਖਵਾਇਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਲੋਕਾਂ ਨੂੰ ਵਾਰ ਵਾਰ ਅਪੀਲ ਕੀਤੀ ਜਾਂਦੀ ਹੈ ਕਿ ਬੰਦ ਕਮਰੇ ਦੇ ਵਿੱਚ ਅੰਗੀਠੀ ਨਾ ਬਾਲੀ ਜਾਏ ਕਿਉਂਕਿ ਇਹ ਜਾਨਲੇਵਾ ਹੁੰਦੀ ਹੈ। ਕਈ ਪਰਿਵਾਰ ਹੁਣ ਤੱਕ ਉਜੜ ਚੁੱਕੇ ਨੇ ਪਰ ਲੋਕ ਅਜੇ ਵੀ ਸਬਕ ਨਹੀਂ ਲੈ ਰਹੇ। ਅਜਿਹਾ ਇਸ ਪਰਿਵਾਰ ਦੇ ਨਾਲ ਵੀ ਵਾਪਰਿਆ ਹੈ ਜੋ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੁੱਤਾ ਸੀ ਪਰ ਸੁੱਤਾ ਹੀ ਰਹਿ ਗਿਆ। ਪੂਰੇ ਪਰਿਵਾਰ ਦੀ ਮੌਤ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ। ਫਿਲਹਾਲ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਉਸ ਘਰ ਦੀਆਂ ਨੇ ਜਿਸ ਘਰ ਦੇ ਵਿੱਚ ਰਹਿੰਦਾ ਪਰਿਵਾਰ ਰਾਤੋਂ ਰਾਤ ਹੀ ਉਜੜ ਗਿਆ। ਸਾਰਾ ਦਾ ਸਾਰਾ ਪਰਿਵਾਰ ਹੀ ਖਤਮ ਹੋ ਗਿਆ। ਦਰਅਸਲ ਇਹ ਪਰਿਵਾਰ ਠੰਡ ਹੋਣ ਕਾਰਨ ਬੰਦ ਕਮਰੇ ਦੇ ਵਿੱਚ ਅੰਗੀਠੀ ਬਾਲ ਕੇ ਸੋ ਗਿਆ ਅਤੇ ਦਮ ਘੁੱਟਣ ਦੇ ਨਾਲ ਪਤੀ ਪਤਨੀ ਸਮੇਤ 2 ਮਾਸੂਮ ਬੱਚਿਆਂ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਰੋਟੀ ਖਾਣ ਤੋਂ ਬਾਅਦ ਇਹ ਪਰਿਵਾਰ ਕਮਰੇ 'ਚ ਅੰਗੀਠੀ ਬਾਲ ਕੇ ਸੋ ਗਿਆ ਅਤੇ ਰਾਤ ਹੀ ਸੁੱਤੇ ਪਿਆਂ ਦਾ ਦਮ ਘੁੱਟਿਆ ਅਤੇ ਸਾਰੇ ਪਰਿਵਾਰ ਦੀ ਹੀ ਮੌਤ ਹੋ ਗਈ। ਇਹ ਮਾਮਲਾ ਪਟਿਆਲਾ ਦੀ ਮਾਰਕਰ ਕਲੋਨੀ ਤੋਂ ਸਾਹਮਣੇ ਆਇਆ ਹੈ। ਅੰਗੀਠੀ ਬਾਲਣ ਦੇ ਕਾਰਨ ਨਵਾਬ ਕੁਮਾਰ, ਉਸਦੀ ਪਤਨੀ, 4 ਸਾਲ ਦੀ ਧੀ ਤੇ 2 ਸਾਲ ਦਾ ਬੇਟਾ, ਇਹਨਾਂ ਸਾਰਿਆਂ ਦੀ ਹੀ ਦਮ ਘੁੱਟਣ ਦੇ ਕਾਰਨ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ, ਮੋਰਚਰੀ ਘਰ 'ਚ ਰਖਵਾਇਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਲੋਕਾਂ ਨੂੰ ਵਾਰ ਵਾਰ ਅਪੀਲ ਕੀਤੀ ਜਾਂਦੀ ਹੈ ਕਿ ਬੰਦ ਕਮਰੇ ਦੇ ਵਿੱਚ ਅੰਗੀਠੀ ਨਾ ਬਾਲੀ ਜਾਏ ਕਿਉਂਕਿ ਇਹ ਜਾਨਲੇਵਾ ਹੁੰਦੀ ਹੈ। ਕਈ ਪਰਿਵਾਰ ਹੁਣ ਤੱਕ ਉਜੜ ਚੁੱਕੇ ਨੇ ਪਰ ਲੋਕ ਅਜੇ ਵੀ ਸਬਕ ਨਹੀਂ ਲੈ ਰਹੇ। ਅਜਿਹਾ ਇਸ ਪਰਿਵਾਰ ਦੇ ਨਾਲ ਵੀ ਵਾਪਰਿਆ ਹੈ ਜੋ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੁੱਤਾ ਸੀ ਪਰ ਸੁੱਤਾ ਹੀ ਰਹਿ ਗਿਆ।
ਪੂਰੇ ਪਰਿਵਾਰ ਦੀ ਮੌਤ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ। ਫਿਲਹਾਲ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।